ਦੋਸਤੋ ਰਾਸ਼ਿਦ ਕਮਾਲ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਖੁਸ਼ਾਮਦੀਦ। ਅੱਜ ਮੇਰੇ ਨਾਲ ਨੇ ਮੇਰੇ ਚੈਨਲ ਦੀ ਰੌਣਕ ਵਧਾਉਣ ਵਾਸਤੇ ਗੁਲਫਾਮ ਸਾਹਿਬ ਲਾਹੌਰ ਤੋਂ ਆਏ ਨੇ। ਜਦੋਂ ਫੈਸਲਾਬਾਦ ਦੇ ਵਿੱਚ ਆਉਂਦੇ ਨੇ ਤੁਹਾਨੂੰ ਪਤਾ ਹੈ ਕਿ ਸਾਨੂੰ ਵੈਸੇ ਚਾਹ ਚੜ੍ਹ ਜਾਂਦੇ ਨੇ। ਇਹਨਾਂ ਦੇ ਆਉਣ ਨਾਲ ਫੈਸਲਾਬਾਦ 'ਚ ਰੌਣਕ ਲੱਗ ਜਾਂਦੀ, ਸਾਡੇ ਸ਼ੋਆਂ 'ਤੇ ਰੌਣਕ ਲੱਗ ਜਾਂਦੀ, ਸਾਡੇ ਥੀਏਟਰ 'ਚ ਰੌਣਕ ਲੱਗ ਜਾਂਦੀ ਅਤੇ ਨਾਲ ਸੋਬੀਆ। ਸੋਬੀਆ ਤੁਹਾਨੂੰ ਪਤਾ ਹੀ ਹੈ ਕਿ ਕੈਮਰਾ ਭਰਨ ਵਾਸਤੇ ਜ਼ਰੂਰੀ ਹੁੰਦੀ ਨਾਲ। ਅਤੇ ਗੁਲਫਾਮ ਸਾਹਿਬ, ਇਹ ਡਰਾਮਾ ਜਿਹੜਾ ਤੁਹਾ ਆਪਣਾ ਸ਼ੁਰੂ ਹੋ ਰਿਹਾ ਹੈ ਜਸ਼ਨ ਏ ਬਹਾਰਾਂ ਦੇ ਨਾਮ ਤੋਂ, ਤੁਸੀਂ ਆਏ ਹੋ ਇੰਨੇ ਗੈਪ ਤੋਂ ਬਾਅਦ ਫੈਸਲਾਬਾਦ ਇਹ ਮਨਰਵਾ ਸਿਨਮੇ ਦੇ ਵਿੱਚ, ਲੋਕਾਂ ਨੂੰ ਜ਼ਰਾ ਬੁਲਾਓ, ਉਹਨਾਂ ਨੂੰ ਵੀ ਆਓ ਯਾਦ ਸਰ ਰੌਣਕ ਮੇਲਾ ਲਾਈਏ। ਇੱਥੇ ਜੜਾਂਵਾਲੇ ਦੇ ਵਿੱਚ ਤੁਹਾਡੀ ਦੁਨੀਆ ਫੈਨ ਹੈ, ਫੈਸਲਾਬਾਦ ਦੇ ਵਿੱਚ ਫੈਨ ਹੈ, ਬਲਕਿ ਪੂਰੀ ਦੁਨੀਆ 'ਤੇ ਤੁਹਾਨੂੰ ਲੋਕ ਜਾਣਦੇ ਨੇ, ਅਤੇ ਇਸ ਕਰਕੇ ਤੁਹਾਨੂੰ ਫੈਸਲਾਬਾਦ ਦੀ ਸੱਦਣ ਦਾ ਮਕਸਦ ਇਹ ਸੀ ਜ਼ਰਾ ਰੌਣਕ ਮੇਲਾ ਲੱਗ ਜਾਵੇ। ਜੀ ਸੱਜਣੋ ਅਤੇ ਬੇਲੀਓ, ਕੀ ਹਾਲ ਹੈ? ਠੀਕ ਠਾਕ ਹੋ? ਰਾਜ਼ੀ ਬਾਜ਼ੀ ਹੋ? ਮੈਂ ਤੁਹਾਡਾ ਆਪਣਾ ਖਾਦਮ ਐਕਟਰ ਗੁਲਫਾਮ, ਅਤੇ ਤੁਸੀਂ ਹਮੇਸ਼ਾ ਮੇਰੇ ਨਾਲ ਪਿਆਰ ਕੀਤਾ ਹੈ। ਮੈਂ ਲਾਹੌਰ ਹੋਵਾਂ, ਗੁਜਰਾਲੇ ਹੋਵਾਂ, ਫੈਸਲਾਬਾਦ ਹੋਵਾਂ, ਸਾਹੀਵਾਲ ਹੋਵਾਂ, ਜਿਹੜੇ ਸ਼ਹਿਰ 'ਚ ਵੀ ਹੋਵਾਂ, ਤੁਸੀਂ ਮੇਰੇ ਨਾਲ ਬੜਾ ਪਿਆਰ ਕਰਦੇ ਹੋ। ਮਕਸਦ ਸਿਰਫ ਇਤਨਾ ਹੈ ਜਨਾਬ ਕਿ ਸਾਡੇ ਡਰਾਮੇ ਦਾ ਨਾਂ ਹੈ ਜਸ਼ਨੇ ਬਹਾਰਾਂ। ਬਾਰਿਸ਼ਾਂ ਹੋ ਗਈਆਂ ਨੇ, ਧੁੰਦਾਂ ਮੁੱਕ ਗਈਆਂ ਨੇ, ਹੁਣ ਜਸ਼ਨੇ ਬਹਾਰਾਂ ਆ ਗਈ ਹੈ। ਹੁਣ ਜ਼ਰਾ ਬਾਹਰ ਆ ਜਾਓ, ਤਿਲਕਣ ਵੀ ਕੋਈ ਨਹੀਂ, ਮੋਟਰਸਾਈਕਲ 'ਤੇ ਆਓ, ਭਾਵੇਂ ਸਾਈਕਲ 'ਤੇ ਆਓ, ਭਾਵੇਂ ਗੱਡੀ 'ਤੇ ਆਓ, ਲੇਕਿਨ ਜ਼ਰੂਰ ਆਓ, ਕਿਉਂਕਿ ਆਹ ਵੇਖੋ ਪੂਰੇ ਲਾਲ ਕੱਪੜੇ ਪਾਏ, ਦੋਵੇਂ ਬਹਿਣ ਦਾ ਲੱਗ ਰਹੇ ਹਨ। ਅੱਜ ਇਹ ਫੈਮਿਲੀ ਦਾ ਡਰਾਮਾ ਹੈ ਦੇ ਵਿੱਚ, ਮੈਂ ਇਹਨਾਂ ਦਾ ਸਮਝੋ ਜਵਾਈ ਹੈ। ਡਰਾਮਾ ਵੇਖੋ, ਬਹੁਤ ਮਜ਼ੇਦਾਰ ਡਰਾਮਾ ਹੈ। ਔਰ ਇਸ ਚੈਨਲ ਨੂੰ ਮਾਸ਼ਾਅੱਲਾ ਪਹਿਲੇ ਵੀ ਤੁਸੀਂ ਸਬਸਕ੍ਰਾਈਬ ਕੀਤਾ ਹੈ, ਸਾਰਿਆਂ ਨੇ ਕਮੈਂਟਸ ਵੀ ਕਰਦੇ ਹੋ, ਤੁਸੀਂ ਪਸੰਦ ਵੀ ਕਰਦੇ ਹੋ, ਲੇਕਿਨ ਰਾਸ਼ਿਦ ਕਮਾਲ ਬੜਾ ਅੱਛਾ ਮਿਹਨਤੀ ਔਰ ਟੈਲੈਂਟਡ ਫਨਕਾਰ ਹੈ। ਇਹਦੇ ਚੈਨਲ ਨੂੰ ਜ਼ਰੂਰ ਵੇਖਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ ਔਰ ਦੋਸਤਾਂ 'ਚ ਸ਼ੇਅਰ ਵੀ ਕਰਿਆ ਕਰੋ। ਸੋਬੀਆ ਦੀ ਵੀਡੀਓ ਤਾਂ ਬਹੁਤ ਵੇਖਦੇ ਹੋ, ਮੈਨੂੰ ਪਤਾ ਕਿਉਂ ਵੇਖਦੇ ਹੋ, ਲੇਕਿਨ ਇਹ ਕਿ ਇਹਦੇ ਚੈਨਲ ਨੂੰ ਵੇਖੋ, ਇਹਦੇ ਤੁਹਾਨੂੰ ਸੁਪਰ ਸਟਾਰ ਸਾਰੇ ਮਿਲਣਗੇ, ਇੰਜੋਏ ਹੋਏਗੀ, ਮਜ਼ਾ ਆਏਗਾ, ਸਾਡੇ ਇਸ ਡਰਾਮੇ ਦੇ ਕਲਿੱਪ ਵੀ ਇਹਦੇ 'ਤੇ ਆਉਣਗੇ। ਭੁੱਲਣਾ ਨਹੀਂ ਰਾਸ਼ਿਦ ਕਮਾਲ ਦਾ ਇਹ ਚੈਨਲ, ਸਬਸਕ੍ਰਾਈਬ ਵੀ ਕਰਨਾ ਹੈ, ਲਾਈਕ ਵੀ ਕਰਨਾ ਹੈ। ਨਹੀਂ ਇਹ ਦੱਸੋ ਗਾਣੇ ਹੋ ਰਹੇ ਨੇ, ਲੇਕਿਨ ਹਲੇ ਇਹਨਾਂ ਨੂੰ ਆਪ ਨੇ ਵੀ ਨਹੀਂ ਪਤਾ ਇਹਨਾਂ ਨੇ ਕਿਹੜੇ ਕਰਨੇ ਨੇ, ਇਹਨਾਂ ਨੂੰ ਹੁਣੇ ਪਤਾ ਲੱਗ ਜਾਏਗਾ। ਗਾਣੇ ਦਾ ਵੀ ਇੰਜੋਏ ਕਰੋ, ਕਾਮੇਡੀ ਦਾ ਵੀ ਇੰਜੋਏ ਕਰੋ, ਤੁਹਾਨੂੰ ਬੜਾ ਮਜ਼ੇਦਾਰ ਗਾਣਾ ਕਰ ਰਹੀ ਹਾਂ ਫਰੈਂਡ, ਲਾਜ਼ਮੀ ਆਣਾ ਕਿਉਂਕਿ ਤੁਹਾਨੂੰ ਜ਼ੈਕੇ ਆ ਜਾਣਗੇ। ਗੁਲਫਾਮ ਸਾਹਿਬ, ਤੁਸੀਂ ਕਿਹੜਾ ਰੋਲ ਕਰ ਰਹੇ ਇਸ ਡਰਾਮੇ 'ਚ? ਮੈਂ ਜੀ ਇਹਦੇ ਵਿੱਚ ਚੌਧਰੀ ਦਾ ਕੰਮ ਕਰ ਰਿਹਾ, ਤਸਲੀਮ ਬਾਸ ਮੇਰਾ ਚੌਧਰੀ ਹੈ ਜਿਹੜਾ ਲੱਗਦਾ ਹੀ ਨਹੀਂ, ਸਮਝ ਤਾਂ ਤੁਸੀਂ ਗਏ ਹੀ ਹੋ। ਜਿਹੜਾ ਤਸਲੀਮ ਬਾਸ ਚੌਧਰੀ ਹੋਏਗਾ ਤੇ ਮੈਂ ਕੰਮ ਹੋਵਾਂਗਾ, ਤੇ ਕੀ ਮਾਹੌਲ ਬਣੇਗਾ, ਜ਼ਰੂਰ ਆਣਾ ਹੈ, ਮਜ਼ਾ ਲੈਣਾ ਹੈ, ਮੈਂ ਇੰਤਜ਼ਾਰ ਕਰਾਂਗਾ, ਕਿਤੇ ਹੋਰ ਨਾ ਜਾਣਾ, ਇੱਥੇ ਹੀ ਆਊਂਗਾ। ਖੁਦਾ ਹਾਫਿਜ਼। ਅੱਲਾਹ ਜੀ, ਥੈਂਕ ਯੂ ਜੀ, ਸ਼ੁਕਰੀਆ, ਸ਼ੁਕਰੀਆ, ਥੈਂਕ ਯੂ। ਦੋਸਤੋ, ਸੋਬੀਆ ਤੁਹਾਨੂੰ ਪਤਾ ਹੈ ਕਿ ਜਦੋਂ ਫੈਸਲਾਬਾਦ ਦੇ ਵਿੱਚ ਆਉਂਦੀ ਹੈ, ਇਹ ਆਪਣੇ ਵਜ਼ਨ ਦੇ ਹਿਸਾਬ ਨਾਲ ਔਰ ਆਪਣੇ ਕੰਮ ਦੇ ਹਿਸਾਬ ਨਾਲ ਇੱਕ ਵਾਰੀ ਤੇ ਪਬਲਿਕ ਨੂੰ ਆਪਣੇ ਨਾਲ ਮਤਵਜੋ ਕਰ ਲੈਂਦੀ। ਜ਼ਰੂਰੀ ਹੈ, ਇਹ ਜ਼ਰੂਰੀ ਵੀ ਹੈ, ਕਿਉਂਕਿ ਇੱਕ ਚੀਜ਼ ਜਿਸ 'ਚ ਇਨਸਾਨ ਨੂੰ ਕੋਈ ਲੱਗੀ ਹੈ ਤੇ ਉਹਦਾ ਇਸਤੇਮਾਲ ਹੋਣਾ ਬਹੁਤ ਜ਼ਰੂਰੀ ਹੈ, ਤੇ ਇਹਨਾਂ ਨੇ ਜਿਹੜੀ ਜਿਹੜੀ ਚੀਜ਼ ਇਹਨਾਂ ਕੋਲ ਹੈ ਵਾ ਉਹਦਾ ਪੂਰੇ ਭਾਰ ਦੇ ਨਾਲ ਉਹਦਾ ਇਸਤੇਮਾਲ ਕਰ ਰਹੇ ਨੇ ਔਰ ਜਿਹੜੀ ਪਰਫਾਰਮੈਂਸ ਦੇ ਹਿਸਾਬ ਨਾਲ ਜਾਣੀ ਡਾਂਸ ਅੱਛਾ ਕਰਦੇ ਨੇ। ਡਾਂਸ ਦੀ ਕਿਉਂਕਿ ਤਿਆਰੀ ਹੁੰਦੀ ਹੈ ਇਹਨਾਂ ਦੀ ਬਕਾਇਦਾ, ਸਾਡਾ ਆਪਣਾ ਜੋਸ਼ ਸਾਡੇ ਕੋਲ ਸੰਭਾਲੇ ਨੇ ਜਾਣ ਡਿਆ ਹੁੰਦਾ। ਨਹੀਂ ਵੈਸੇ ਉਸ ਟਾਈਮ ਤੁਸੀਂ ਕੀ ਫੀਲ ਕਰਦੇ ਹੋ ਜਦੋਂ ਮੈਨੂੰ ਵੇਖ ਰਹੇ ਹੋ? ਅਸੀਂ ਆਪਣੇ ਆਪ ਨੂੰ ਗਿਲਟੀ ਫੀਲ ਕਰ ਰਹੇ ਹਾਂ। ਵਾਟ ਗਿਲਟੀ ਯਾਰ, ਯਾਨੀ ਕਿ ਅਸੀਂ ਕਹਿੰਦੇ ਕਿ ਯਾਰ ਸਾਡਾ ਹੱਥ ਨਹੀਂ ਪਹੁੰਚ ਸਕਦਾ, ਸਾਡੇ ਤੋਂ ਹਰ ਸ਼ਾਇ ਬਹੁਤ ਦੂਰ ਆ। ਹਾਂ, ਲੇਕਿਨ ਅਸੀਂ ਮਾਰ ਜਿਹੜਾ ਜਿਹੜਾ ਹੱਥ ਪਹੁੰਚ ਸਕਦਾ ਹੈ ਨਾ, ਰੱਬ ਦਾ ਕੰਮ ਹੈ। ਹੱਥ ਤੇ ਕਿਸੇ ਦਾ ਨਹੀਂ ਪਹੁੰਚ ਸਕਦਾ, ਲੇਕਿਨ ਕੋਈ ਨਹੀਂ, ਮੁਕਦਰਾਂ ਵਾਲੇ ਨੇ ਜਿਹੜੇ। ਸਭ ਇਕੱਠੇ ਹੈ ਔਰ ਬੜਾ ਮਜ਼ੇ ਕਾ ਡਰਾਮਾ ਹੈ। ਆਪ ਸਭ ਆਏ ਲਾਜ਼ਮੀ ਡਰਾਮਾ ਦੇਖਣੇ ਕੇ ਲੀਏ, ਬਹੁਤ ਆਪਕੋ ਮਜ਼ਾ ਆਏਗਾ ਔਰ ਹਮਾਰੀ ਇਸ ਵੀਡੀਓ ਕੋ ਜ਼ਰਾ ਨਾ ਸ਼ੇਅਰ ਕਰਤੇ ਜਾਈਏਗਾ, ਲਾਈਕ ਕਰ ਦੀਜੀਏਗਾ ਤਾਂਕਿ ਸੋਬੀਆ ਕੋ ਪਤਾ ਚਲੇ ਕਿਸੇ ਲੋਕ ਲਾਈਕ ਕਰਤੇ, ਪਸੰਦ ਕਰਤੇ ਹੈ। ਮੁਝੇ ਜੋ ਜੋ ਪਸੰਦ ਕਰਤੇ ਵੋ ਲਾਈਕ ਜ਼ਰੂਰ ਕਰੇ, ਮੁਝੇ ਵੀ ਪਤਾ ਲੱਗੇ ਨਾ ਕਿਤਨੇ ਲੋਕ ਲਾਈਕ ਕਰਤੇ ਹੈ। ਔਰ ਅਲਾਫੀਜ਼, ਸਾਡੇ 700, ਅਲਾਫੀਜ਼।